ਹੈਲੋ ਗਾਇਸ, ਗੁੱਡ ਮਾਰਨਿੰਗ ਸਾਰਿਆਂ ਨੂੰ, ਵੈਲਕਮ ਬੈਕ ਟੂ ਚੈਨਲ, ਸਵਾਗਤ ਹੈ ਗਾਇਸ ਅੱਜ ਦੇ ਵਲੋਗ ਦੀ। ਅੱਜ ਹੈਗਾ ਡੇ 4, ਤੁਹਾਨੂੰ ਪਤਾ ਆਪਾਂ ਚੈਲੇਂਜ ਲਿਆਇਆ ਵਾ 30 ਡੇਜ਼ ਹਾਰਡ ਚੈਲੇਂਜ ਲਿਆ ਪੂਰਾ, ਆਪਾਂ 1 ਮਹੀਨਾ ਬਿਨਾਂ ਲਾਂਗੇ ਤੋਂ ਵਲੋਗ ਪਾਉਣੇ ਆ। ਅੱਜ ਆਪ ਹੈਗਾ ਆਪਣਾ ਡੇ 4, ਪਿਛਲੇ 3 ਦਿਨ ਆਪਾਂ ਲਗਾਤਾਰ ਵਲੋਗ ਪਾ ਰਹੇ, ਅੱਜ 4th ਦਿਨ ਅਸੀਂ ਸਟਾਰਟ ਕਰਦੀ ਹੈ। ਮੈਂ ਤਾਂ ਅਸ਼ਮੀ ਦੁਕਾਨ 'ਤੇ ਬੈਠੇ। ਅਸ਼ਮੀ ਕੀ ਕਰਨਾ ਮੇਰਾ ਪੁੱਤ, ਠੁਮਕਾ ਲਾ ਦੇ। ਵਾਹ ਮੇਰਾ ਪੁੱਤ ਡਾਂਸ ਕਰਦਾ ਜੀ, ਹੈਂ ਕੀ ਬਿੱਲੀ ਪੁੱਤ ਭੱਜ ਗਈ ਹੈ, ਬਿੱਲੀ ਰਾਤ ਨੂੰ ਆਉਂਦੀ ਹੁੰਦੀ ਆਪਣੇ ਚੁੰਨੀ ਲੈ, ਸਿਰ ਛਿੱਤੇ ਲੈ, ਚੁੰਨੀ ਚੁੰਨੀ ਸਿਰ 'ਤੇ ਲੈ ਪੁੱਤ, ਵਾਹਿਗੁਰੂ ਸਹੀ ਕਰਕੇ ਲੈ, ਸੋਹਣੀ ਕਰਕੇ ਚੁੰਨੀ ਪੁੱਟ, ਤੇਰੀ ਨਿੱਕੀ ਚਾਰੀ ਤੇ ਇੱਧਰ ਆ, ਵਾਹਿਗੁਰੂ ਕਹਦੇ, ਵਾਹਿਗੁਰੂ ਇੱਧਰ ਆ, ਚੁੰਨੀ ਲਈਏ ਗੈਸ। ਅੱਜ ਹੈਲ ਪੀਣ ਜੀ ਕਰਨ ਡਿਆ ਤੇ ਮਾਂ, ਚੱਲ ਹੈਲ ਲੈ ਕੇ ਆਉਂਦੇ ਹਾਂ। ਅੱਜ ਬੜੇ ਦਿਨ ਹੋ ਗਏ ਮੈਂ ਹੈਲ ਨਹੀਂ ਪੀਤੀ, ਨਾ ਕੋਲਡ ਡਰਿੰਕ, ਜਾਂ ਵੈਸੇ ਬਾਈਕਾਟ ਕੀਤਾ ਮੈਂ ਬਹੁਤ ਘੱਟ ਹੀ ਪੀਂਦਾ, ਅਤੇ ਅੱਜ ਹੈਲ ਪੀਣ ਜੀ ਕਰਨ ਡਿਆ। ਵੇਖਿਆ ਜਿਵੇਂ ਪਹਿਲਾਂ ਖੋਲਿਆ ਸਕੂਟਰੀ, ਮੋੜ ਲਈਏ ਬੂਹਾ ਖੋਲ। ਹਾਂ ਗੈਸ, ਨਾਲ ਜਾਣ ਨੂੰ ਬਹੁਤ ਤਿਆਰ ਰਹਿੰਦਾ ਮੇਰਾ ਪੁੱਤ, ਚੱਲ ਆਇਆ ਬਸ ਵਾਧੂ ਆ, ਆ ਜਾ। ਹਾਂ ਰਹਿੰਦੇ ਰਹਿੰਦੇ ਕੋਈ ਨਹੀਂ, ਖੁੱਲ ਗਿਆ, ਚੱਲ ਬਹਿ। ਕੀ ਪੀਣੀ, ਹੈਲ ਪੀਣੀ ਕਿ ਜੂਸੀ ਪੀਣੀ, ਕੀ ਪੀਣਾ ਤੂੰ, ਕਿਹੜੀ ਜੂਸੀ ਪੀਣੀ ਆ, ਕਿਹੜੀ ਮਾਝਾ ਕਿ ਫੈਂਟਾ, ਜੂਸੀ ਕਿਹੜੀ ਪੀਣੀ, ਫੈਂਟਾ ਕਿ ਮਾਝਾ, ਫੈਂਟਾ ਓਏ। ਚੱਲ ਚੱਲੀਏ ਫਿਰ, ਫੈਂਟਾ ਲੈ ਕੇ ਆਉਂਦੇ ਆਪਾਂ। ਚਲੋ ਗਾਇਸ, ਵੇਖਦੇ ਆ ਜੂਸੀ ਕਿਹੜੀ ਮਿਲਦੀ ਹੁਣ। ਚੱਲ ਗਾਇਸ, ਹੈਲ ਮੈਂ ਲੈਣ ਦੀ ਹੁਣ, ਹੈਲ ਪੀਣ ਲੱਗਿਆ। ਐਸ਼ਮੀ ਨੇ ਕੀ ਲਿਆਂਦਾ ਏ ਬੋਤਲ, ਤੇ ਦਿਖਾ ਇੱਧਰ ਲਿਆ ਗਿਆ, ਕੀ ਕੀ ਪੀਣ ਲੱਗਾ ਮੇਰਾ ਪੁੱਤ, ਮਾਝਾ, ਮਾਝਾ ਏ, ਵਾਹ ਮੈਂਗੋ ਵਾਲਾ ਹੀ ਏ, ਮੈਂਗੋ ਵਾਲਾ ਪੀਣਾ ਤੂੰ, ਦਾਦੀ ਨੂੰ ਦੇ ਦੇ ਖੋਲ੍ਹ ਕੇ, ਦਾਦੀ ਨੂੰ ਤੂੰ ਵੀ ਪੀ ਲਾ ਖੋਲ, ਬੜਾ ਸੋਹਣਾ ਮੇਰਾ ਪੁੱਤ, ਠੁਮਕਾ ਠੁਮਕਾ ਲਾ ਦੇ, ਆ ਆ ਆ, ਬੜਾ ਸੋਹਣਾ ਮੇਰਾ ਪੁੱਤ ਹੈ ਨਾ। ਦੀਦੀ ਕਿੱਥੇ ਗਈਆਂ ਆਪਣੀਆਂ, ਮਾਂ ਨੇ ਨਹੀਂ ਪੁੱਤ ਘਰੇ ਗਈਆਂ ਆਪਦੇ, ਉਹ ਚੱਲ ਗਈਆਂ ਘਰੇ ਆਪਣੇ। ਗੈਸ ਕੱਲ੍ਹ ਦੇ ਬੱਚੇ ਕਹਿ ਰਹੇ, ਜੀ ਜਾਂ ਲੱਗਦਾ ਯਾਰ ਨਾ, ਖਾਲੀ ਖਾ ਰਹੀ ਆ, ਘਰ ਹੋ ਗਿਆ, ਨਹੀਂ ਤਾਂ ਕਿੱਧਰੋਂ ਆਵਾਜ਼ ਦੇਦੀ, ਮਹਿਕ ਪਾਣੀ ਲਿਆ ਦੇ, ਸਹਿਜ ਉਹ ਕਰਦੇ, ਮਹਿਕ ਆਹ ਕਰਦੇ, ਸਹਿਜ ਉਹ ਕਰਦੇ, ਸਾਰਾ ਦਿਨ ਉਹਨੇ ਭਜਾਈ ਫਿਰੇਦਾ ਸੀ, ਭਜਾਈ ਫਿਰੇਦਾ ਸੀ। ਸੋ ਕੱਲ੍ਹ ਦਾ ਥੋੜ੍ਹਾ ਜਿਹਾ ਮਿਸ ਕਰਨਾ ਇਹਨਾਂ ਨੂੰ, ਹੁਣ ਸ਼ਾਇਦ ਸਿਆਲ 'ਚ ਆਉਣਗੀਆਂ ਰਹਿਣ, ਤਾਂ ਜਾਂ ਛੁੱਟੀਆਂ ਵੇਲੇ ਉਹ 'ਚ ਘਰ ਮਨਾਂਗੇ ਵੇਖ ਲਟਾ ਕੇ। ਡੈਡੀ ਨੂੰ ਦੇਖਿਆ ਬਾਜੇ ਨੂੰ ਕੋ, ਛੇੜੇ ਤਾਂ ਕੀ ਮਤਲਬ, ਛੇੜੇ ਕਿ ਪਹਿਲਾਂ ਵੀ ਪੁਰਾਣੇ ਜ਼ਮਾਨੇ ਦੇ ਛੇੜੇ, ਬਾਕੀ ਤਿੰਨ ਅੱਛਾ ਤਿੰਨ ਖੜੇ, ਇੱਕੋ ਵਿਆਹਣਾ ਵਿੱਚੋਂ ਇੱਕ ਵਿਆਹਣਾ ਚਾਹੁੰਦੇ, ਇਹ ਚੱਕਰ ਤਿੰਨ ਖੇਡੀ ਮੈਂ ਲਈ ਜਾਓ। ਅੱਛਾ ਇਹ ਗੱਲ ਮਾੜੀ ਹੈ ਨਾ, ਆਪਣੇ ਪਿੰਡ 'ਚ ਕਿੰਨੇ ਛੇੜੇ ਹੁਣ, ਸਾਡੇ ਪਿੰਡ 'ਚ 8, ਮੈਂ ਪਾ ਕੇ 10, ਕਿਹੜੇ ਕਿਹੜੇ ਗਨਾਹ, ਇੱਕ ਤੂੰ ਹੋਰ ਕੌਣ, ਆਪੇ ਬੋਝ ਲਾ, ਨਹੀਂ ਕਿਹੜੇ ਕਿਹੜੇ, ਇੱਕ ਛੋਟੂ ਕੌਣ, ਸਦਾ ਕੌਣ, ਕਾਲਾ ਆ, ਇਹ ਕਾਲਾ ਛੋਟੂ, ਇੱਕ ਤੂੰ, ਇਹ ਕਾਲਾ ਛੋਟੂ, ਤਿੰਨ ਆ, ਉਹ ਚੌਥਾ ਤਾਬਾ, ਆਹੋ ਕੋਕਾ, ਆਹੋ ਨਿਹੰਗ, ਆਹੋ ਨਹੀਂ ਹੋ ਗਏ 5, ਗਰਬੱਸਾ 6, 16, 7, ਮਨ ਪਾਣੀ ਪਾਉਂਦੇ
ਇਹ ਗੱਲ ਹੈਗੀ। ਤੂੰ ਕਿੰਨੀ ਸਵੇਰ ਦੀ ਕਿੰਨੀ ਪੀ ਗਿਆ ਅੱਜ? ਨਹੀਂ ਪੈਕ ਕਿੰਨੇ ਲਾਣਾ ਸਵੇਰ ਦਾ? ਸ਼ਰਾਬ ਕਿੰਨੀ ਪੀਣੀ ਸਵੇਰ ਦੀ? ਗੈਸ ਵਿਰਸੂ ਰੋਜ਼ ਦੀ ਕਿੰਨੀ ਸ਼ਰਾਬ ਪੀਂਦਾ ਰੋਜ਼ ਦੀ? ਹਾਏ ਹਾਏ, ਸ਼ਰਾਬ ਕਿੰਨੀ ਪੀਂਦਾ ਰੋਜ਼ ਦੀ ਵਿਰਸੂ? ਸੌ ਦੀ? ਪੰਜਾਹ ਦੀ? ਅਤੇ ਪੰਜਾਹ ਨਾ ਗੈਸ ਪੰਜਾਹ ਦੀ ਮੁੱਲ ਪੀਂਦਾ, ਜੇ ਕੋਈ ਮੁਫਤ ਵਾਲਾ ਵੱਜਦੇ ਤਾਂ ਵੱਖਰੀ ਗੱਲ ਆ, ਉਹ ਵੱਖਰਾ ਕੰਮ ਚੱਲੂ ਹੈ ਨਾ ਵਿਰਸੂ। ਵਿਰਸੂ ਬੜਾ ਕੰਜਰ ਬੰਦਾ ਏ, ਉਹ ਤਾਰ ਤੋੜਦਾ ਲੱਗਾ ਆਪਣੀ ਤਾਰ ਤਾਰ ਉੱਤੇ ਵੇਖ ਲਓ ਤਾਰ। ਉਹ ਤਾਂ ਵੇਖ ਲਾ ਕੁਹ ਜਾ ਵਿਰਸੂ, ਹੋ ਗਿਆ ਲੱਗਾ ਤੋੜਨ ਤਾਰ ਆਪਣੀ। ਵੇ ਕਿੰਨਾ ਥਾਂ ਛੱਡੇ, ਗੱਡੀ ਕਿੱਥੋਂ ਮੋੜੀ ਏ ਵੇਖ ਇਹਨੇ। ਵੇਖ ਲਾ ਵਿਰਸੂਮਾ ਹੈਗਾ ਡੰਗ ਡੰਡੇ ਵਾਲੇ ਵੇ, ਚੱਲ ਆਹੋ। ਨਹੀਂ ਅਗਲ ਨੀ ਹੈਗੀ ਚਲਾਉਂਦੀ, ਤੇ ਡਰਾਈਵਰ ਬਣ ਗਏ ਰਿਸੈਸ਼ਮੀ ਦੀ ਗੱਡੀ ਕਿਸੇ ਨੇ ਸੁੱਟਤੀ ਪਾਣੀ 'ਚ, ਕੱਢਣੀ ਪੈਣੀ ਬਾਹਰ ਹੁਣ ਟੋਏ ਨੂੰ ਪਾ ਕੇ। ਖੇਤ ਆਇਆ ਹੁਣ ਬੰਬੂ ਡੀਕਣ ਡਿਆ, ਇੱਥੇ ਘੜੀਮਾ ਗੱਲਾਂ ਬਾਤਾਂ ਮਾਰ ਗਾਇਸ। ਦੁਪਹਿਰ ਲੱਗ ਗਈ ਪੂਰੀ ਜ਼ੋਰਾਂ ਸ਼ੋਰਾਂ ਦੇ, ਪੂਰੀ ਗਰਮੀ ਆ ਤਰੀ ਪੈਣ ਦੀ ਪਾਸੇ ਨਾ ਗਈ, ਮਾੜੀ ਮੁਠਾਵਾ ਵਗਣ ਡਈ ਆ। ਅਤੇ ਚੈਲੇਂਜ ਤੁਹਾਨੂੰ ਪਤਾ ਆਪਣਾ ਚੱਲ ਰਿਹਾ, ਆਪਾਂ ਵਲੋਗ ਬਣਾਉਣ ਬੰਦ ਨਹੀਂ ਕਰ ਸਕਦੇ। ਬਸ ਗਾਇਸ ਇਸੇ ਆਸ 'ਚ ਲੱਗੇ ਹੋਏ ਹਾਂ, ਡੇਲੀ ਵਲੋਗ ਭਾਈ ਦਾ, ਡੇਲੀ ਮਿਹਨਤ ਕਰੀ ਦੀ ਆ, ਦੱਬਲਾ ਜਿੱਦਾਂ ਦਾ ਹੈਗਾ। ਚਲੋ ਤੁਹਾਨੂੰ ਪਤਾ ਪਹਿਲਾਂ ਤੁਹਾਡੇ ਭਰਾ ਨੇ ਬਹੁਤ ਪੈਸਾ ਖਰਾਬ ਕਰ ਲਿਆ, ਗੱਡੀ ਕਰੂਜ ਵੀ ਉੱਦਾਂ ਵੀ ਆਉਣਾ ਕਰ ਕਰਾ ਕੇ। ਅਤੇ ਬਸ ਗਏ ਸੀ ਇੱਕੋ ਇਹੋ ਇਹੋ ਹੋ ਗਿਆ, ਇਹ ਇਸੇ ਆਸ 'ਚ ਆਪਾਂ ਪਾਉਣ ਡੇ ਵੀ ਚਲੋ ਕਿਤੇ ਮਹਾਰਾਜ ਕਿਤੇ ਨਾ ਕਿਤੇ, ਚਲੋ ਸੱਚੇ ਪਾਤਸ਼ਾਹ ਕਿਤੇ ਨਾ ਕਿਤੇ, ਚਲੋ ਕੁਛ ਨਾ ਕੁਛ ਬਣੂਗਾ ਹੀ। ਮੈਂ ਤਾਂ ਗਏ ਸੀ ਇਸੇ ਆਸ 'ਚ ਹੀ ਹਾਂ ਮਹਾਰਾਜ ਦੀ ਕਿਰਪਾ ਨਾਲ, ਵੀ ਚਲੋ ਅੱਜ ਨਹੀਂ ਕਰਨੀ ਕਿਤੇ ਨਾ ਕਿਤੇ, ਚਲੋ ਮਹਾਰਾਜ ਕਿਤੇ ਮਾੜੀ ਮੋੜ ਸੁਣੂਗਾ ਹੀ, ਕਿਤੇ ਵਲੋਗ 'ਚ ਚੱਲ ਵਿਊ ਆਉਣੇ ਸ਼ੁਰੂ ਹੋਣਗੇ, ਮਾੜਾ ਮੋੜ ਕੰਮ ਮੇਰਾ ਚੱਲੂਗਾ ਹੀ ਚੱਲ। ਅਤੇ ਬਾਕੀ ਗਏ ਸਾਰੀ ਮਰਜ਼ੀ ਮਹਾਰਾਜ ਦੀ ਹੈ, ਮਾਲਕ ਦੀ ਮਰਜ਼ੀ, ਜਦੋਂ ਉਹਨੇ ਰੰਗ ਭਾਗ ਲਾਉਣੇ ਨੇ, ਜਿਹਨੂੰ ਜਦੋਂ ਕੁਝ ਦੇਣਾ, ਜਿੰਨਾ ਚਿਰ ਕਿਸੇ ਦੀ ਕਿਸਮਤ 'ਚ ਨਹੀਂ ਨਾ ਲਿਖਿਆ, ਉਹਨਾਂ ਚਿਰ ਜਿੰਨਾ ਮਰਜ਼ੀ ਤੁਸੀਂ ਹੱਥ ਪੈਰ ਮਾਰ ਲਓ, ਜੋ ਮਰਜ਼ੀ ਜ਼ੋਰ ਲਾ ਲਓ, ਜਦੋਂ ਚੀਜ਼ ਤੁਹਾਡੀ ਕਿਸਮਤ 'ਚ ਲਿਖੀ ਆ, ਉਦੋਂ ਤੁਹਾਡੇ ਉਹ ਚੀਜ਼ ਉਹ ਆਟੋਮੈਟਿਕ ਤੁਹਾਡੇ ਕੋਲ ਕਿਸੇ ਬਹਾਨੇ ਨੇ ਮਹਾਰਾਜ ਨੇ ਤੁਹਾਨੂੰ ਦੇ ਦੇਣਾ। ਅਤੇ ਜੇ ਤੁਹਾਡੇ ਕਰਮਾਂ 'ਚ ਕੋਈ ਚੀਜ਼ ਨਹੀਂ, ਜਿੰਨੇ ਮਰਜ਼ੀ ਤੁਸੀਂ ਹੱਥ ਪੈਰ ਮਾਰ ਲਓ, ਜੋ ਮਰਜ਼ੀ ਕਰ ਲਓ, ਜਿੰਨੇ ਤੁਹਾਡੇ ਕਰਮਾਂ 'ਚ ਨਹੀਂ ਲਿਖਿਆ, ਚੀਜ਼ ਤੁਹਾਨੂੰ ਨਹੀਂ ਮਿਲਣੀ। ਸੋ ਆਪਾਂ ਕਹੇ ਸਾਰੀਆਂ ਡੋਰਾਂ ਬਾਬਾ ਦੀਪ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ 'ਤੇ ਆਪਾਂ ਡੋਰਾਂ ਲਾਈਆਂ, ਵੀ ਚਲੋ ਕਿਤੇ ਨਾ ਕਿਤੇ ਮੈਂ, ਚਲੋ ਵਿਊ ਹੁਣ ਘੱਟ ਗਏ ਆ, 200 300 400 ਦਾ 500 ਦਾ ਕੋਈ ਚੱਕਰ ਨਹੀਂ, ਜਾਣ ਕਿਤੇ ਨਾ ਕਿਤੇ ਮਹਾਰਾਜ ਬਾਂਹ ਫੜੂਗਾ ਹੀ। ਆਪਾਂ ਇਸ ਇਤਿਹਾਸ 'ਤੇ ਜਾਣ ਲੱਗੇ ਹੋਏ ਮਹਾਰਾਜ ਦੇ, ਯਕੀਨ ਆ ਆਪਾਂ ਸੱਚੇ ਪਾਤਸ਼ਾਹ ਵਾਹਿਗੁਰੂ ਦੇ। ਅਤੇ ਬਾਕੀ ਸਪੋਰਟ ਕਰਨ ਵਾਲੇ ਭਰਾ ਜਿਹੜੇ ਆਪਾਂ ਡੇਲੀ ਵੇਖਦੇ ਯਾਰ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਇਸ ਇਤਿਹਾਸ ਗਏ ਲੱਗੇ ਹੋਏ, ਚਲੋ ਕਿਤੇ ਨਾ ਕਿਤੇ ਮਹਾਰਾਜ ਸੁਣੂਗਾ ਹੀ, ਕਿਤੇ ਨਾ ਕਿਤੇ ਗਏ ਜ਼ਰੂਰ ਸੁਣੂਗਾ ਨਾ। ਮੈਨੂੰ ਇੰਨੀ ਕਿਤੇ ਮਹਾਰਾਜ ਇਤਿਹਾਸ ਹੈਗੀ ਆ ਵੀ ਆਪਾਂ, ਮੈਂ ਇੰਨਾ ਕੁਛ ਨੁਕਸਾਨ ਵੇਲੋ ਕਰਾ ਲਿਆ, ਇੰਨਾ ਗੱਡੀ 'ਤੇ ਨੁਕਸਾਨ ਕਰਾ ਲਿਆ, ਇੰਨਾ ਕੁਛ ਹੋ ਗਿਆ ਮੇਰੇ ਨਾਲ। ਜੇ ਹੁੰਦਾ ਕੋਈ ਬੰਦਾ ਹੋ ਜਾਵੇ ਤਾਂ ਇੰਨਾ ਨੁਕਸਾਨ ਕਿਸੇ ਦਾ, ਉਹਨੇ ਕਹਿਣਾ ਛੱਡੋ ਖੜਿਆ ਕੀ ਲੈਣਾ ਵਲੋਗਿੰਗ, ਇੰਨਾ ਨੁਕਸਾਨ ਕਰਾ ਲਿਆ, ਇੰਨੇ ਪੈਸੇ ਜਾੜਦੇ ਕੀ ਕਰਨੀ ਵਲੋਗਿੰਗ ਹੁਣ। ਅਤੇ ਪਰ ਮੈਂ ਫਿਰ ਵੀ ਮਹਾਰਾਜ 'ਤੇ, ਚਲੋ ਕੋਈ ਨਹੀਂ ਆਪਣਾ ਭਰੋਸਾ ਹੈ, ਅਤੇ ਆਪਾਂ ਡਟੇ ਹੋਏ ਪੂਰੇ ਅਜੇ ਵਲੋਗ ਪਾਵਾਂਗੇ, ਕੋਸ਼ਿਸ਼ ਆਪਦੇ ਲੋਕ ਕਰਾਂਗੇ, ਹਿੰਮਤ ਨਹੀਂ ਆਪਾਂ ਹਾਰਨੀ। ਬਾਕੀ ਮਹਾਰਾਜ ਦੀ ਮਰਜ਼ੀ, ਕਿਤੇ ਨਾ ਕਿਤੇ ਰੰਗ ਭਾਗ ਕਿਤੇ ਨਾ ਕਿਤੇ ਲਾਊਗਾ ਜ਼ਰੂਰ। ਅਤੇ ਬਾਕੀ ਜਿੰਨੇ ਬੰਦੇ ਆਪਾਂ ਦੇਖਣ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੱਦਾਂ ਭਰਾ ਨੂੰ ਸਪੋਰਟ ਕਰਦੇ ਰਹੋ। ਅਤੇ ਬਾਕੀ ਵੇਖੋ ਮਹਾਰਾਜ ਕਦੋਂ ਬਾਂਹ ਫੜਦਾ, ਬਾਕੀ ਇਹਨਾਂ ਕੀ ਫੜੂਗਾ ਜ਼ਰੂਰ, ਕੋਈ ਗੱਲ ਨਹੀਂ। ਆਸਾਂ ਬੜੀਆਂ ਆਪਣ ਮਹਾਰਾਜ 'ਤੇ, ਸੁਪਨੇ ਬੜੇ ਅਜੇ, ਡਰੀਮ ਬੜੇ ਅਜੇ, ਸੋਚਿਆ ਜੇ ਬੜਾ ਕੁਝ, ਬੜਾ ਕੁਝ ਪਲੈਨ ਕੀਤਾ ਹੋਇਆ। ਅਤੇ ਸਭ ਕੁਝ ਪੂਰਾ ਤੁਹਾਨੂੰ ਪਤਾ ਗਾਇਸ, ਪੈਸੇ ਨਾ ਹੋਣਾ, ਸੁਪਨੇ ਜਿਹੜੇ ਹੁੰਦੇ ਪੈਸੇ ਨਾ ਪੂਰੇ ਹੁੰਦੇ ਆ, ਤੁਹਾਨੂੰ ਪਤਾ ਅੱਜ ਕੱਲ੍ਹ ਪੈਸੇ ਦੀ ਵੈਲਿਊ ਸਾਰਾ ਕੁਝ ਹੈ। ਅਤੇ ਵੇਖੋ ਮਹਾਰਾਜ ਕਦੋਂ ਬਾਂਹ ਫੜਦਾ, ਅਤੇ ਕਦੋਂ ਆਪਾਂ ਫਿਰ ਸਾਰੇ ਸੁਪਨੇ ਆਪਣੇ ਹੌਲੀ ਕਰੇ ਪੂਰੇ ਕਰਾਂਗੇ। ਬਾਕੀ ਕੋਈ ਨਾ, ਇੱਕ ਨਾ ਇੱਕ ਦਿਨ ਹੋਣਗੇ ਜ਼ਰੂਰ।
ਸੱਚੇ ਪਾਤਸ਼ਾਹ ਦਾ ਆਪਾਂ ਯਕੀਨ ਹੈ ਪੂਰਾ। ਬਾਕੀ ਯਾਰ 12:30 ਵੱਜ ਗਏ ਆ, ਸ਼ਾਮ ਤੱਕ ਦੇਖਦੇ ਹਾਂ ਕੀ ਬਣਦਾ। ਅੱਜ ਡੈਡੀ ਜੀ ਆ ਗਏ ਤੁਹਾਨੂੰ ਪਤਾ, ਅਤੇ ਮੰਮੀ ਡੈਡੀ ਆਪਣੇ ਚੱਲੇ ਹੇਮਕੁੰਟ ਸਾਹਿਬ ਕਾਲਜ ਆ, ਪਰਸੋਂ ਤੱਕ ਚੱਲ ਜਾਣਾ ਤੁਰ ਪੈਣਾ ਇਹਨਾਂ, ਅਤੇ ਮੰਮੀ ਨੂੰ ਨਾਲ ਘੁੰਮਾਉਣ ਲੱਗਾ ਵੀ ਚਲੋ ਦਰਸ਼ਨ ਕਰਕੇ ਆਓ ਮਹਾਰਾਜ ਦੇ ਘਰੇ। ਇੱਥੇ ਗਏ ਕੰਮ ਚੱਲੀ ਜਾਣਾ, ਦੁਕਾਨਦਾਰ ਦਾ ਜਾਂ ਪੈਲੀ ਆਪਣੀ ਉਹ ਠੇਕੇ 'ਤੇ ਇੱਥੇ ਕੰਮ ਚੱਲੀ ਜਾਣਾ ਹੈ ਨਾ, ਅਤੇ ਮਹਾਂ ਤੁਸੀਂ ਦਰਸ਼ਨ ਕਰਕੇ ਆਓ, ਅਤੇ ਬਾਕੀ ਕੱਲ੍ਹ ਨੂੰ ਜਾਣਗੇ ਸ਼ਾਇਦ ਉਹ ਵੀ ਤੁਹਾਨੂੰ ਬਲੌਗ 'ਚ ਦਿਖਾ ਦਿੰਦੇ ਜਦੋਂ ਜਾਣਗੇ ਆਪਾਂ। ਬਾਕੀ ਹੁਣ ਨਹਾ ਧੋ ਕੇ ਕਰਾ ਫਰੈਸ਼ ਹੋ, ਤੁਹਾਨੂੰ ਫਿਰ ਮਿਲ ਦਾਂਗੇ ਰੋਟੀ ਖਾਣੀ ਹੈ। ਹੁਣ ਮੈਂ ਨਹਾ ਕੇ ਬਾਹਰ ਆਇਆ, ਤੁਹਾਨੂੰ ਚੀਜ਼ ਦਿਖਾਵਾਂ ਇੱਕ, ਉਹਦੇ ਦੇਖੋ ਫਿਰ ਪੈਗ ਲਾਉਣ ਡਿਆ। ਓ ਇੱਥੇ ਬੈਠਾ ਹੈ, ਹਾਏ ਹਾਏ ਪੈਗ ਲਾਉਣ ਡਿਆ, ਹਾਏ ਹਾਏ ਠੀਕ ਆ, ਠੰਡਾ ਪੀਣ ਡਿਆ। ਮੈਂ ਨਹਾ ਲੂੰ, ਲੈ ਰੋਟੀ ਖਾ ਲਾ, ਮੈਂ ਰੋਟੀ ਖਾਣੀ ਹੂੰ। ਚਲੋ ਬਈ ਗਏ ਵਿਰਸ ਦੇ ਨਜ਼ਾਰੇ ਨਾ, ਜਿੱਥੇ ਮਰਜ਼ੀ ਬਹਿ ਜਾਂਦਾ, ਜਿੱਥੇ ਮਰਜ਼ੀ ਨਜ਼ਾਰੇ ਇਹਨੂੰ ਹੈ ਹਾ, ਕੋਈ ਜਾਣ ਫਿਕਰ ਨਹੀਂ ਕਾ ਕਰਨ ਦਾ ਧੰਮ ਦਾ, ਬਸ ਸ਼ਰਾਬ ਪੀਣੀ ਆ ਅਤੇ ਨਜ਼ਾਰੇ ਲੈਣੇ ਆ। ਚਲੋ ਗਏ ਰੋਟੀ ਖਾਈ ਗਈ, ਹੁਣ ਅਸੀਂ ਰੋਟੀ ਖਾਣ ਲੱਗਾ। ਮੈਂ ਗਏ ਕਿੱਦਾਂ ਕਿਹੜੀ ਫਕੀਰ ਦੀ ਫੇਵਰੇਟ ਸਬਜ਼ੀ ਦੇ ਵਿੱਚ ਦਹੀਂ ਪਾਏ ਖਾਣਾ। ਮੈਂ ਗਏ ਖਾਸ ਕਰ ਜਦੋਂ ਰਾਜਮਾਂਹ ਚਣੇ ਜਾਂ ਦਾਲ ਦੁਲ ਬਣੀ ਹੋਵੇ ਨਾ, ਮੈਂ ਵਿੱਚ ਦਹੀਂ ਮਿਕਸ ਕਰਕੇ ਖਾਣਾ, ਬਹੁਤ ਟੇਸਟੀ ਲੱਗਦਾ, ਕਰਾਰਾ ਕਰਾਰਾ ਜਾਂ ਖੱਟ ਮਿੱਠਾ ਜਿਹਾ। ਹੁਣ ਰੋਟੀ ਖਾਣੇ ਗਏ, ਫਿਰ ਦੁਕਾਨ ਖੋਲ੍ਹਣੀ, ਦੁਕਾਨ ਬੰਦ ਕਰਕੇ ਰੋਟੀ ਖਾਣ ਲੱਗਣਾ, ਘਰ ਦੇ ਗੁਰਦੁਆਰੇ ਗਏ ਸਾਰੇ, ਰੋਟੀ ਖਾ ਕੇ ਦੁਕਾਨ ਖੋਲ੍ਹਦੇ ਹਾਂ। ਤਾਂ ਸ਼ਾਮਾਂ ਦਾ ਪਲੈਨ ਬਣ ਗਿਆ ਜੀ, ਅੱਜ ਚੱਲੇ ਫੋਨ ਇੱਕ ਲੈਣ, ਫੋਨ ਦੇ ਆਪਾਂ ਨੂੰ ਅਰਜੈਂਟ ਨੀਡ ਆ, ਇਕਲੀ ਫਰੀ ਕਹਿ ਲਾ ਕੇ ਫੋਨ ਆਪਾਂ ਨੂੰ ਮਿਲ ਜਾ, 1+ ਦਾ 1+8 Pro, ਅਤੇ ਉਹ ਆਪਾਂ ਲੈਣਾ ਘਰ ਵਾਸਤੇ, ਯੂਜ਼ਰ ਵਾਸਤੇ। ਤੁਹਾਨੂੰ ਪਤਾ ਮੇਰੇ ਕੋਲ ਹੈਗਾ ਆਲਰੇਡੀ 15 Pro, ਅਤੇ ਮੈਨੂੰ ਕੋਈ ਲੋੜ ਨਹੀਂ, ਨਾ ਮੈਂ ਐਂਡਰੋਇਡ ਫੋਨ ਲੈਂਦਾ ਹੀ ਹਾਂ, ਅਤੇ ਉਹ ਘਰ ਵਾਸਤੇ ਆਪਾਂ ਲੈਣਾ ਚਲਾਉਣ ਨੂੰ, ਅਤੇ ਉਹ ਚੱਲੇ ਵੇਖਣ ਹਰੀ ਕੇ, ਸ਼ਾਇਦ ਲੈ ਆਈਏ ਆਪਾਂ ਨਾਲ ਦੀ ਨਾਲ ਹੀ। ਆਪਾਂ ਵੀ ਸੋਇਆ ਹੋਇਆ ਕਾਰਡ ਹੀ ਬਣਾ ਲਈ ਆ ਕੇ ਗਾਇਸ, ਆਜ ਨਹੀਂ ਤਾਂ ਬਣਾਇਆ ਸੀ ਮੈਂ, ਜਿੱਥੋਂ ਤੱਕ ਮਰਜ਼ੀ ਗਾਇਸ ਚੱਲੋ ਹਰਿਆਣੇ ਤੱਕ ਚੱਲਦਾ ਜੇ ਗੋਲੀ ਵਾਲਾ ਬੱਤਾ ਪੀਣ ਲੱਗੇ ਅੱਜ ਅਸੀਂ, ਹਾਂ ਕਰਾ ਰਿਹਾ ਗਰਮੀ ਬੜੀ ਲੱਗਣ ਦੀ, ਵੀਰਾਂ ਨੂੰ ਕਹਿੰਦੇ ਵੀਰ ਅਜੇ ਤੱਕ ਆਇਆ ਨੀ ਆ, ਚੇਚਾ ਨੂੰ ਪਹਿਲਾਂ ਫੋਨ ਵੀ ਕੀਤਾ ਪਰ ਆਏ ਖਲੋਤੇ ਅਜੇ ਤੱਕ ਆਇਆ ਨੀ, ਗਰਮੀ ਗਰਮੀ ਗੋੜੇ ਗੋੜੇ ਬੈਠੇ ਅਸੀਂ ਕੁੜੀ ਆ ਪੰਗਾ, ਇਹ ਕਿਸੇ ਜਾਮ ਨੇ ਕੁੜਿਆ ਗੰਦ ਪਾਇਆ, ਕੋਈ ਨੀ ਗੋਲੀ ਦਾ ਪੱਤਾ ਲੱਗੇ ਪਿਆਉਣੇ ਨੂੰ ਐਂਡ ਕਰਾਤੀ ਵੀਰ ਨੇ, ਥੋੜਾ ਖੱਟਾ ਘੱਟ ਆ ਬਾਕੀ ਠੀਕ ਆ ਨਾ। ਲੋ ਗਾਇਸ ਆਹ ਲੈਣ ਆਇਆ ਫੋਨ ਆਪਾਂ, ਕਿਹੜਾ ਫੋਨ ਆਇਆ, 1+8 Pro, ਇਹ ਆਪਾਂ ਨੂੰ ਚਾਹੀਦਾ ਜ਼ਰੂਰੀ, ਅਤੇ ਵਧੀਆ ਰੇਟ 'ਚ ਮਿਲ ਗਿਆ ਸਰ ਗਾਇਸ, 22,000 ਦਾ ਪਿਆ ਆਪਾਂ ਨੂੰ, ਇਹ ਚੱਲਦਾ ਲਿਆ ਕੇ ਵੀਰ ਤੋਂ, 5,000 ਮੰਗਦਾ ਇਹ, 22,000 'ਚ ਗੱਲ ਬਣ ਗਈ ਆਪਣੀ, ਠੀਕ ਹੈ ਮਹਿੰਗਾ ਤਾਂ ਦੱਸਿਓ ਮੈਨੂੰ ਮਾੜਾ ਜਿਹਾ, ਹੁਣ 20-22,000 ਦਾ ਹੈਗਾ, ਇੰਨੇ ਦਾ ਹੈਗਾ ਯਾਰ, ਠੀਕ ਆ ਹਨਾ, ਲੈਮੀਨੇਸ਼ਨ ਵਗੈਰਾ ਸਾਰਾ ਲਾ ਕੇ ਦੁਬਾਰਾ ਕਰਦੇ ਆਪਾਂ ਘਰੇ ਜਾ ਕੇ। ਹਾਂ ਮੁੰਡਿਓ ਮਹਿੰਗਾ ਤਾਂ ਨਹੀਂ ਪਿਆ ਫੋਨ, ਬੰਬੂ ਨਹੀਂ ਠੀਕ ਹੈ ਨਾ, ਇੰਨਾ ਮਹਿੰਗਾ ਨਹੀਂ ਠੀਕ ਹੈ, ਭਿੱਖੀ ਪਿੰਡ ਦੇ ਬਾਜ਼ਾਰ ਦਾ ਨਹੀਂ ਗਾਇਸ ਕਦੀ ਸਤਾ ਰਹਾ ਤਾਂ ਜਾਣੀ, ਇੱਥੇ ਤਾਂ ਉਹ ਸਿਆਪਾ ਇੰਨਾ ਤਾਂ ਅੰਮ੍ਰਿਤਸਰ ਜਾਮ ਨਹੀਂ ਹੁੰਦਾ ਜਿੰਨਾ ਸਾਲਾ ਭਿੱਖੀ ਹੁਣ ਚੌਂਕ 'ਚ ਹੁੰਦਾ ਪਿਆ, ਉਹ ਅੱਗੋਂ ਨੱਪੀ ਆਉਂਦੇ ਗਿੱਲੀ ਹੁਣ ਚੱਲ, ਲੰਘ ਗਿਆ ਤੂੰ ਲੰਘ ਗਿਆ ਭਰਾਵਾ, ਤੂੰ ਲੰਘੇਗਾ ਤਾਂ ਅਸੀਂ ਲੰਘਾਂਗੇ, ਇਹ ਪੁਲਿਸ ਵਾਲੇ ਡੱਕਦੇ ਕਿਉਂ ਨਹੀਂ ਆਉਣ ਜਿਹੜਾ ਰੋਂਗ ਕਰੋਸਿੰਗ ਕਰਦੇ ਆ। ਲੋ ਗਏ ਸੱਜ ਦੀਆਂ ਸ਼ਾਮਾਂ ਗਈਆਂ ਪੈ, ਅਤੇ ਮੈਂ ਫੋਨ ਨੂੰ ਮਾੜਾ ਮੋਟਾ ਸੈਟਅਪ ਸੁਟਅਪ ਕਰਨ ਡਿਆ, ਜਿਹੜੀ ਚੀਜ਼ ਕੋਈ ਕਦੀ ਭਰਨ ਭੁਰਨ ਵਾਲੀ ਮਾਂ ਭਰ ਲਈ ਹੋਵੇ, ਚਾਹੇ ਆਪਾਂ ਪਾਈਆਂ ਹੈ ਨਹੀਂ, ਰੀਚਾਰਜ ਕੀਤਾ ਹੁਣ ਸੇਮ ਪਾਈ ਜੀਓ ਦੀ, ਅਤੇ ਜੀਓ ਦਾ ਪਤਾ ਨਹੀਂ 5G ਚੱਲਦਾ ਸੀ ਕਿ ਨਹੀਂ ਚੱਲਦਾ, ਹਜੇ ਤਾਂ ਮੈਨੂੰ ਕੁਛ ਸਮਝ ਨਹੀਂ ਲੱਗਣ ਡਿਆ ਹਿਸਾਬ ਤਾਬ ਜਿਹਾ ਇਹਦਾ,
ਵੈਰ ਸਾਰਾ ਕੁਛ ਸਹੀ ਹੈ ਚੱਲਦਾ ਇਹ 'ਚ ਜੋ ਚਲਾਉਣਾ ਆਪਾਂ ਇੱਕ ਦੋ ਚੀਜ਼ਾਂ ਭਰ ਕੇ ਦਿਨੇ ਜ਼ਿਆਦਾ ਕੋਈ ਨਹੀਂ ਪਰ ਹੈਨਾ ਅਸ਼ਮੀਤ ਇਹ ਜ਼ਿਆਦਾਤਰ ਗੈਸ ਫੋਨ ਅਸ਼ਮੀ ਨੇ ਚਲਾਇਆ ਕਰਨਾ ਕਿਉਂਕਿ ਹਰੇ ਰਿਹਾ ਕਰਨਾ ਫੋਨ ਹੁਣੇ ਵੇਖੋ ਪਤਾ ਬੈਠੀ ਕਿਉਂ ਫੋਨ ਦੇ ਚਾਹ ਕੇ 'ਚ ਬੈਠੀ ਵੀ ਤਾਂ ਮੈਨੂੰ ਫੋਨ ਮਿਲ ਜੂਗਾ ਪਰ ਇਹਨੂੰ ਪਤਾ ਇਹਨੂੰ ਫੋਨ ਨਹੀਂ ਮਿਲਣਾ ਅਜੇ ਅਜੇ ਚੀਜ਼ਾਂ ਗੈਸ ਹੋਣ ਵਾਲੀਆਂ ਇਹਦੀਆਂ ਅਪਡੇਟ ਹੋਣ ਵਾਲਾ ਨਾ ਅਜੇ ਅਤੇ ਓਕੇ ਗੈਸ ਅੱਜ ਦਾ ਵਲੋਗ ਕਰਦੇ ਇੱਥੇ ਖਤਮ ਅਤੇ ਮਿਲਦੇ ਹਾਂ ਕੱਲ੍ਹ ਵਾਲੇ ਵਲੋਗ 'ਚ ਅੱਜ ਡੇ 4 ਆਪਣਾ ਕੰਪਲੀਟ ਹੋ ਗਿਆ ਕੱਲ੍ਹ ਨੂੰ ਡੇ 5 ਦੀ ਸਟਾਰਟਿੰਗ ਕਰਾਂਗੇ ਅਤੇ ਅੱਜ ਦੇ ਵਲੋਗ ਲਈ ਜੋ ਕੁਝ ਨਹੀਂ ਦੇਖਿਆ ਠੀਕ ਹੈ ਸਤਿ ਸ਼੍ਰੀ ਅਕਾਲ ਫੋਨ ਆਪਾਂ ਲੈਣ ਦਾ ਚੱਲਣਾ ਵਧੀਆ ਅਤੇ ਬਸ ਅੱਜ ਦੇ ਵਲੋਗ ਇੰਨਾ ਗਰਮੀ ਗੈਸ ਅੱਜ ਬਹੁਤ ਜ਼ਿਆਦਾ ਫਿਰ ਕੂਲਰ ਦੇ ਅੱਗੇ ਬੈਠਾ ਮੈਂ ਤਾਂ ਵੀ ਕਿੰਨਾ ਪਸੀਨਾ ਆਈ ਜਾਣ ਡਿਆ ਸਾਹ ਲੜੋ ਕਿੰਨੀ ਗਰਮੀ ਹੋ ਗਈ ਹੈ ਹੁਣ ਠੰਡਾ ਹੁੰਦਾ ਤਾਂ ਬਸ ਰਾਤ ਤੱਕ ਪੂਰਾ ਫਰਕ ਪੈ ਜਾਣਾ ਓਕੇ ਸਾਰਾ ਸਤਿ ਸ਼੍ਰੀ ਅਕਾਲ ਗੈਸ ਕੱਲ੍ਹ ਨੂੰ ਮਿਲਦੇ ਹਾਂ ਬਾਏ ਬਾਏ ਲਵ ਯੂ ਆਲ ਸਤਿ ਸ਼੍ਰੀ ਅਕਾਲ ਐਸ਼ਮੀ ਬਾਏ ਬਾਏ ਕਰ ਦਿਓ ਬਾਏ ਬਾਏ ਚਲੋ ਜੀ।